ਢਾਹਾ ਮਾਰ ਮਾਰ ਰੋਂਦਾ ਇਹੋ ਪਰਿਵਾਰ ਹੈ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਸ਼ਹੀਦ ਫੌਜੀ ਪੁੱਤ ਦੀ ਮ੍ਰਿਤਕ ਦੇਹ ਪਈ ਹੋਈ ਹੈ, ਜਿਸ ਨੂੰ ਦੇਖ ਕੇ ਮਾਪਿਆਂ ਤੋਂ ਦੁੱਖ ਸਹਿ ਨਹੀਂ ਹੋ ਰਿਹਾ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਸੂਬੇਦਾਰ ਵਜੋਂ ਤੈਨਾਤ ਜਗਜੀਵਨ ਰਾਮ, ਜੋ ਕਿ ਮੁੱਠਭੇੜ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ, ਜਦੋਂ ਟਾਂਡਾ ਦੇ ਜੱਦੀ ਪਿੰਡ ਭਵਨੌਰ ਦੇ ਵਿੱਚ ਇਸ ਫੌਜੀ ਸ਼ਹੀਦ ਦੀ ਮ੍ਰਿਤਕ ਦੇਹ ਪਹੁੰਚੀ ਤਾਂ ਸਾਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ। ਫੌਜੀ ਸਨਮਾਨਾਂ ਦੇ ਨਾਲ ਇਸ ਸ਼ਹੀਦ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ ਗਈ ਤੇ ਸਰਕਾਰੀ ਸਨਮਾਨਾਂ ਦੇ ਨਾਲ ਉਸਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਵਿੱਚ ਤੈਨਾਤ ਸੂਬੇਦਾਰ ਜਗਜੀਵਨ ਰਾਮ, ਜੋ ਕਿ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਿਆ, ਜਦੋਂ ਮ੍ਰਿਤਕ ਦੇ ਘਰ ਪਹੁੰਚੀ ਤਾਂ ਮਾਪਿਆਂ ਤੋਂ ਇਹ ਦੁੱਖ ਬਰਦਾਸ਼ਤ ਨਹੀਂ ਹੋਇਆ। ਢਾਹਾ ਮਾਰ ਮਾਰ ਕੇ ਰੋਂਦੇ ਪਰਿਵਾਰ ਨੇ ਆਪਣੇ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ ਹੈ। ਪੂਰਾ ਪਿੰਡ ਹੀ ਇਸ ਫੌਜੀ ਸ਼ਹੀਦ ਨੂੰ ਵਿਦਾਈ ਦੇਣ ਲਈ ਸ਼ਮਸ਼ਾਨ ਘਾਟ ਪਹੁੰਚਿਆ ਤੇ ਨਮ ਅੱਖਾਂ ਦੇ ਨਾਲ ਫੌਜੀ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉੱਥੇ ਬਾਅਦ 3 ਵਜੇ ਉਹਨਾਂ ਦੇ ਕੋਈ ਯੂਨਿਟ ਤਾਂ ਸਾਡੇ ਘਰ ਆਏ, 2-3 ਮੈਂਬਰ ਤੋਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀ ਲੱਗੀ ਹੈ। ਕਿੰਨੇ ਬ੍ਰਦਰ ਸਿਸਟਰ ਕਿੰਨੇ ਹੈ? ਮੇਰੀ ਇੱਕ ਛੋਟੀ ਭੈਣ ਹੈ, ਇੱਕ ਮੈਂ ਵੱਡਾ। ਕਹਿੰਦੇ ਹੁਣ 1 ਮਹੀਨਾ ਪਹਿਲੇ ਛੁੱਟੀ ਕੱਟ ਕੇ ਗਏ ਸੀ ਤੇ ਰਿਟਾਇਰਮੈਂਟ ਵੀ ਸੀ 3? ਹਾਂਜੀ, 3-4 ਮਹੀਨੇ ਬਾਅਦ ਉਹਨਾਂ ਦਾ ਰਿਟਾਇਰਮੈਂਟ ਸੀ। ਨਹੀਂ, ਸੋ ਹੁਣ ਇਹ ਕਦੋਂ ਤੱਕ ਅੰਤਮ ਸੰਸਕਾਰ ਕੀਤਾ ਜਾਏ? ਹੁਣ ਦੇਖਦੇ ਹਾਂ, 4:30 ਵਜੇ ਤੋਂ ਬੋਲਦੇ ਹਾਂ ਕਿ ਹਾਂ ਉਹਨਾਂ ਨੇ ਆ ਜਾਣਾ ਸੀ ਕਦੋਂ। ਜਿਹੜੇ ਇੱਥੇ ਸ਼ਹੀਦ ਹੋਏ ਅੱਜ ਸਾਡੇ ਦਸੂਏ ਹਲਕੇ ਅਤੇ ਕੰਢੀ ਖੇਤਰ ਵਾਸਤੇ ਬੜੀ ਦੁਰਭਾਗਯਪੂਰਨ ਖਬਰ ਆਈ ਸਾਹਮਣੇ, ਜਿਸ ਦੇ ਵਿੱਚ ਸਾਡੇ ਸੂਬੇਦਾਰ ਜਗਜੀਵਨ ਰਾਮ ਜੀ ਜਿਹੜੇ ਹੈ ਉਹ ਕੁਪਵਾੜਾ ਸੈਕਟਰ ਦੇ ਅੰਦਰ ਆਰਮੀ ਦੇ ਵਿੱਚ ਡਿਊਟੀ ਕਰਦੇ ਕਰਦੇ ਸ਼ਹੀਦ ਹੋ ਗਏ ਅਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਹਰ ਬੱਚੇ ਤੋਂ ਲੈ ਕੇ ਸਿਆਣੇ ਬੰਦੇ ਤੱਕ ਸਾਰਿਆਂ ਦੇ ਮਨਾਂ ਦੇ ਅੰਦਰ ਦੁੱਖ ਹੈ। ਭਾਰਤ ਮਾਤਾ ਦੀ ਰੱਖਿਆ ਕਰਦਾ ਹੋਇਆ ਸਾਡਾ ਇੱਕ ਹੋਰ ਨੌਜਵਾਨ ਕੰਢੀ ਖੇਤਰ ਦਾ ਸ਼ਹੀਦ ਹੋਇਆ। ਹਾਂਜੀ, ਪਰਿਵਾਰ ਦੇ ਵਿੱਚ ਉਹਨਾਂ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ, ਬੱਚੇ ਹਲੇ ਪੜ੍ਹਦੇ ਨੇ ਅਤੇ ਪਰਿਵਾਰ ਦੇ ਅੰਦਰ ਦੁੱਖ ਦਾ ਮਾਹੌਲ ਹੈ। ਭਾਣਾ ਵਾਪਰ ਗਿਆ, ਪਰਮਾਤਮਾ ਦੀ ਰਜ਼ਾ ਮੰਨਣੀ ਪੈਣੀ ਹੈ ਸ਼ਹੀਦ ਦਾ ਪਰਿਵਾਰ, ਕਿਉਂਕਿ ਇਹ ਇੱਕਦਮ ਜਿਹੜੀ ਡੈਥ ਹੋ ਜਾਣੀ ਪਰਿਵਾਰ ਦੇ ਜੀਦਾ ਚਲੇ ਜਾਣਾ, ਉਹਨਾਂ ਕੋਲ ਆਪਣਾ ਆਪ ਸੰਭਾਲਣ ਦਾ ਸਮਾਂ ਨਹੀਂ ਹੈ। ਇਸ ਕਰਕੇ ਇਲਾਕੇ ਨੇ ਬਹੁਤ ਸਾਥ ਦਿੱਤਾ ਹੈ ਔਰ ਲੋਕ, ਕਿਉਂਕਿ ਸਾਡਾ ਵੈਸੇ ਵੀ ਸਾਬਕਾ ਫੌਜੀਆਂ ਦਾ ਇਲਾਕਾ ਹੈ, ਲੋਕ ਪਰਿਵਾਰ ਦੇ ਨਾਲ ਖੜ੍ਹੇ ਨੇ, ਪੂਰਾ ਇਲਾਕਾ ਜਿਹੜਾ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਜਣੇ ਪਰਿਵਾਰ ਦੇ ਨਾਲ ਖੜ੍ਹੇ। ਕੀ ਹੋਇਆ ਸੀ ਇਹ ਸਭ? ਹੈ ਕਿ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ, ਜੇ ਐਂਡ ਕੇ ਚੌਕੀਵਾਲ ਇੱਕ ਜਗ੍ਹਾ ਨੌਰਥ ਈਸਟ ਆ, ਅਤੇ ਉੱਥੇ 2 ਤਰੀਕ ਨੂੰ ਜਿਹੜੇ ਮੁੱਠਭੇੜ ਹੋਈ ਹੈ, ਠੀਕ ਹੈ, ਜਿਹੜੇ ਆਪਣੇ ਦਸਰੇ ਫੌਜੀ ਜਵਾਨ ਆਪਣੇ ਮੁੰਡਾ ਆਪਣਾ ਬਹੁਤ ਬਹਾਦਰ ਸੀਗਾ, ਇਹ ਬਹੁਤ ਘਾਤਕ ਪਲਾਟੂਨ ਦਾ ਕਮਾਂਡਰ ਸੀਗਾ, ਅਤੇ ਉੱਥੇ ਇਹਨਾਂ ਨੂੰ ਆਪਣਾ ਪੈਟਰੋਲਿੰਗ ਦੇ ਸਮੇਂ ਮੁੱਠਭੇੜ ਹੋਈ ਹੈ ਔਰ ਇਹਨੂੰ ਸਿੱਧੇ ਡਾਇਰੈਕਟ ਸਿਰ 'ਚ ਗੋਲੀ ਲੱਗ ਗਈ ਹੈ। ਅਤੇ ਕਿੰਨੇ ਕੁ ਸਾਲ ਹੋ ਗਏ ਸੀ ਇਹਨਾਂ ਨੂੰ ਤੋਂ? ਪਰ ਇਹ 96 ਦੇ ਇਨਰੋਲ ਸੀਗੇ, ਡਾਇਰੈਕਟ ਪੈਰਾਸ਼ੂਟ ਰੈਜੀਮੈਂਟ ਦੇ JCO ਸੀਗੇ, ਅਤੇ ਤਕਰੀਬਨ 28 ਸਾਲ ਪੂਰੇ ਹੋਣ ਵਾਲੇ ਸੀਗੇ, ਅਗਲੇ ਸਾਲ ਅਗਸਤ ਵਿੱਚ ਇਹਨਾਂ ਨੇ ਆਉਣਾ ਸੀਗਾ ਪੈਨਸ਼ਨ। ਕਹਿੰਦੇ 1 ਮਹੀਨਾ ਪਹਿਲੇ ਛੁੱਟੀ ਕੱਟ ਕੇ ਗਏ ਸੀ? ਹਾਂ, ਇਹਨਾਂ ਦੇ ਬੱਚੇ ਸੀਗੇ ਆਗਰੇ ਪੜ੍ਹਦੇ ਸੀਗੇ, ਮੈਡਮ ਇਹਨਾਂ ਦੇ ਆਗਰੇ ਹੈ, ਅਤੇ ਉਹ ਕੱਲ੍ਹ ਜਵਾਨ ਸਾਡੇ ਲੈ ਕੇ ਆਇਆ ਆਗਰੇ ਤੋਂ ਇੱਥੇ ਘਰ ਨੂੰ,
ਅਤੇ ਉੱਥੇ ਛੁੱਟੀ ਕੱਟ ਕੇ ਗਏ ਆਏ ਅਤੇ ਉਸ ਤੋਂ ਬਾਅਦ ਜਾਂਦਾ ਸਮੇਂ ਉੱਥੇ 2-3 ਨੂੰ ਘਟਨਾ ਘਟੀ ਗਈ ਉਹਨਾਂ ਨਾਲ ਡਾਇਰੈਕਟ ਹੈੱਡ ਸ਼ੂਟ ਹੋਇਆ ਉਹਨਾਂ ਨੂੰ ਅੰਤਿਮ ਸੰਸਕਾਰ ਕਰ ਅੰਤਿਮ ਸੰਸਕਾਰ ਹੋ ਗਿਆ ਸਰ ਬਹੁਤ ਰਾਜਕੀ ਸਨਮਾਨਾਂ ਨਾਲ ਤੁਹਾਡੇ ਸਾਹਮਣੇ ਹੋਇਆ ਹੈ ਸੋ ਪੂਰੇ ਮਹਿਕਮਾ ਆਇਆ ਸੀਗਾ ਸਿੰਗਲ ਪ੍ਰਸ਼ਾਸਨ ਪੂਰਾ ਹੀ ਸੀਗਾ ਸਿਰਫ ਕੋਈ ਪ੍ਰਸ਼ਾਸਨ ਵੱਲੋਂ ਕੀ ਵਿਸ਼ਵਾਸਨ ਦਿੱਤਾ ਗਿਆ ਪ੍ਰਸ਼ਾਸਨ ਨਾਲ ਮੈਂ ਗੱਲ ਕੀਤੀ ਇਹਨਾਂ ਨਾਲ ਵੀ ਜੋ ਵੀ ਸਾਡੇ ਆਪਣਾ ਇਹਨਾਂ ਦਾ ਜੋ ਵੀ ਬਣਦੀ ਸਹਾਇਤਾ ਇਹਨਾਂ ਨੂੰ ਅਸੀਂ ਦਿਲਾਵਾਂਗੇ ਜਿੱਦਾਂ ਇਹਨਾਂ ਦਾ ਬੇਟਾ 21 ਦਾ ਤਾਂ ਉਹਨਾਂ ਨੂੰ ਅਸੀਂ ਇਸ ਧਿਆਨ 'ਚ ਰੱਖਾਂਗੇ ਜਦੋਂ ਇਹਨਾਂ ਦੇ ਪੂਰੇ ਕਾਗਜ਼ਾਤ ਆ ਜਾਣਗੇ ਸ਼ਹੀਦ ਦੇ ਆਪਣੇ ਡਿਸਟ੍ਰਿਕਟ 'ਚ ਐਂਟਰੀ ਹੋ ਜਾਏਗਾ ਸ਼ਹੀਦ ਦਾ ਦਰਜਾ ਇਹਨਾਂ ਨੂੰ ਅਤੇ ਉਹ ਤੋਂ ਬਾਅਦ ਅਸੀਂ ਉਹਨਾਂ 'ਤੇ ਫੰਡੀ ਕਾਰਵਾਈ ਕਰਾਂਗੇ ਸਰ ਅੱਜ ਗਾਂਧੀ ਖੇਤਰ ਫਿਰ ਫੌਜੀ ਜਵਾਨ ਸ਼ਹੀਦ ਹੋਇਆ ਕੀ ਗੱਲ ਬੜੀ ਮੰਦਭਾਗੀ ਖਬਰ ਹੈ ਜੀ ਸਾਡੇ ਇਲਾਕੇ ਵਾਸਤੇ ਪੰਜਾਬ ਵਾਸਤੇ ਅਤੇ ਦੇਸ਼ ਵਾਸਤੇ ਸੂਬੇਦਾਰ ਜਗਜੀਵਨ ਰਾਮ ਜੀ ਜਿਨ੍ਹਾਂ ਨੇ ਅੱਜ ਆਪਣਾ ਸਭ ਤੋਂ ਵੱਡਾ ਮੈਂ ਕਹਿੰਦਾ ਕੁਰਬਾਨੀ ਹੈ ਉਹਨਾਂ ਨੇ ਜਾਨ ਆਪਣੀ ਇਸ ਦੇਸ਼ ਵਾਸਤੇ ਦਿੱਤੀ ਹੈ ਸਾਡੀ ਇਲਾਕੇ ਦੀ ਬਦਕਿਸਮਤੀ ਹੈ ਦੁੱਖ ਹੈ ਸਾਨੂੰ ਇਸ ਗੱਲ ਦਾ ਪਰ ਇਹ ਕੁਰਬਾਨੀ ਬਹੁਤ ਵੱਡੀ ਹੈ ਅਸੀਂ ਸਾਡੇ ਦਿਲਾਂ 'ਚ ਉਹਨਾਂ ਦਾ ਹਮੇਸ਼ਾ ਸਤਿਕਾਰ ਰਹੇਗਾ ਅਤੇ ਪਰਿਵਾਰ ਨੂੰ ਪਰ ਮੈਂ ਤਾਂ ਕਹਿੰਦਾ ਸੰਵੇਦਨਾ ਜੀ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਕਹਿਣਾ ਚਾਹੁੰਦਾ ਕਿ ਸਾਰੀ ਪਾਰਟੀ ਉਹਨਾਂ ਦੇ ਨਾਲ ਪਰਿਵਾਰ ਦੇ ਖੜੀ ਹੈ ਔਰ ਜੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਦੁੱਖ ਝੱਲਣ ਦੀ ਸ਼ਕਤੀ ਦੇਵੇ ਤੁਹਾਡੇ ਪਰਿਵਾਰ ਜਵਾਨ ਮਾਣ ਵੀ ਮਹਿਸੂਸ ਹੋ ਰਿਹਾ ਉੱਥੇ ਦੁੱਖ ਵੀ ਹਾਂਜੀ ਹਾਂਜੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਵੱਡਾ ਭਾਜੀ ਸੀਗਾ ਇਹਨਾਂ ਨੇ ਦੇਖੋ ਗਰੀਬੀ ਬਹੁਤ ਦੇਖੀ ਇਹਨਾਂ ਨੇ ਸ਼ੁਰੂ ਤੋਂ ਸਾਈਕਲ 'ਤੇ ਜਾਣਾ ਸਾਈਕਲ ਲਿਆ ਸੀ ਇਹਨਾਂ ਨੇ ਪੜ੍ਹਦੇ ਪੜ੍ਹਦੇ ਇਹਨਾਂ ਨੇ ਦਿਹਾੜੀਆਂ ਲਈਆਂ ਦਿਹਾੜੀਆਂ ਲਾ ਕੇ ਆਪਣੀ ਮਾਤਾ 3 ਪੁੱਤ ਇਹਨਾਂ ਦੇ ਹੈਗੇ ਆ ਅਤੇ ਇਹਨਾਂ ਦੀ ਮਾਤਾ ਦਾ ਰੋਗ ਬਹੁਤ ਬੁਰਾ ਹਾਲ ਹੈ ਜੱਦੀ ਪਿੰਡ ਜਿਹੜਾ ਇਹਨਾਂ ਦਾ ਹੈਗਾ ਮੱਕੋਵਾਲ ਜਿੱਥੇ ਇਹਨਾਂ ਨੇ ਮਿਹਨਤ ਕਰਕੇ ਅੱਜ ਆਪਣੇ ਸੂਬੇਦਾਰ ਬਣ ਕੇ ਸ਼ਹੀਦ ਹੋਇਆ ਸਾਨੂੰ ਮਾਣ ਹੈ ਆਪਣੇ ਵੀਰ 'ਤੇ ਜਿਹੜੇ ਸਾਡੇ ਪਿੰਡ ਦਾ ਨਾਂ ਇਹਨਾਂ ਨੇ ਰੋਸ਼ਨ ਕੀਤਾ ਸਾਡੇ ਪਿੰਡ ਦਾ ਨਾਂ ਮੱਕੋਵਾਲ ਇਹਨਾਂ ਦੀ ਮਾਤਾ ਆਏ ਹੋਏ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਰੋ ਰੋ ਕੇ ਕੱਲ੍ਹ ਦੇ ਅਸੀਂ ਬਹੁਤ ਉਹਨਾਂ ਨੂੰ ਚੁੱਪ ਕਰਾਉਣ ਦੇ ਪਰ ਕਹਿਣ ਦਾ ਮਤਲਬ ਉਹਨਾਂ ਨੂੰ ਇਸ ਲਈ ਇਹਨਾਂ ਸਹਾਰੇ ਦੀ ਲੋੜ ਸੀ ਉਹਨਾਂ ਦੇ ਬੇਟੇ ਦੂਜੇ ਖੜ੍ਹੇ ਆ ਨਾਲ ਅਸੀਂ ਵੀ ਉਹਨਾਂ ਨਾਲ ਖੜ੍ਹੇ ਪਰਿਵਾਰ ਦੇ ਨਾਲ ਦੁੱਖ ਹੈ ਸਾਰਿਆਂ ਨੂੰ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਉਹਨਾਂ ਦੀ ਮਾਤਾ ਉਹਨਾਂ ਦਾ ਵੀ ਖਾਸ ਕਰਕੇ ਖਿਆਲ ਰੱਖਿਆ ਜਾਵੇ ਉਹਨਾਂ ਦਾ ਚੇਤਾ ਨਾ ਭੁਲਾਇਆ ਜਾਵੇ ਕਿਉਂਕਿ ਮਾਤਾ ਇੱਕ ਅਜਿਹੀ ਉਮਰ ਉਹਨਾਂ ਦੀ ਹੈਗੀ ਹਲੇ ਕਿ ਉਹ ਸੱਟ ਨਾ ਇਸ ਵਕਤ ਉਹਨਾਂ 'ਤੇ ਸੱਟ ਜਿਹੜੀ ਪਈ ਹੈ ਨਾ ਉਹ ਝੱਲ ਨਹੀਂ ਸਕਦੇ ਅਸੀਂ ਨਹੀਂ ਝੱਲ ਸਕਦੇ ਉਹਨਾਂ ਨੇ ਕੀ ਝੱਲਣੀ ਹੈ ਸਿਆਣੇ ਆ ਬਜ਼ੁਰਗ ਹੈ ਹਾਂਜੀ ਉਹਨਾਂ ਨੇ ਮਿਹਨਤ ਕਰਕੇ ਤਾਂ ਤੁਹਾਨੂੰ ਪ੍ਰਸ਼ਾਸਨ ਆਇਆ ਸੀ ਉਹਨਾਂ ਕੋਲ ਸਹਾਇਤਾ ਵਗੈਰਾ ਉਹ ਅੱਜ ਤੱਕ ਪ੍ਰਸ਼ਾਸਨ ਦੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਕਰਾਂਗੇ ਪ੍ਰਸ਼ਾਸਨ ਨਾਲ ਗੱਲ ਠੀਕ ਹੈ ਜੀ ਉਹਨਾਂ ਦੀ ਮਾਤਾ ਦਾ ਖਿਆਲ ਪਰਿਵਾਰ ਦਾ ਖਿਆਲ ਪਿੱਛੇ ਰੱਖਿਆ ਜਾਵੇ ਕਿਉਂਕਿ ਜੱਦੀ ਪਿੰਡ ਉਹਨਾਂ ਦਾ ਜਿਹੜਾ ਜਗਜੀਵ ਰਾਮ ਦਾ ਉਹ ਪਿੰਡ ਮੱਕੋਵਾਲ ਹੈ ਜਿੱਥੇ ਉਹਨਾਂ ਨੇ ਮਿਹਨਤ ਕਰਕੇ ਸਾਈਕਲ 'ਤੇ ਆਪਣੇ ਜਾਣ ਵਾਸਤੇ ਮੈਂ ਖੁਦ ਜਾਂਦਾ ਰਿਹਾ ਉਹਨਾਂ ਨਾਲ ਔਰ ਦੇਖੋ ਉਹਨਾਂ ਨੇ ਦਿਹਾੜੀਆਂ ਲਾਉਣੀਆਂ ਦਿਹਾੜੀਆਂ ਲਾ ਲਾ ਕੇ ਭਰਤੀ ਹੋਇਆ ਛੋਟਾ ਉਹਨਾਂ ਦਾ ਬ੍ਰਦਰ ਜਿਹੜਾ ਅੱਜ ਪਹੁੰਚ ਨਹੀਂ ਸਕਿਆ ਸਤਨਾਮ ਸਿੰਘ ਜਿਹੜਾ ਕਿ ਕਲਕੱਤੇ ਵਿੱਚੋਂ ਕੱਲ੍ਹ ਦਾ ਵਿਚਾਰਾ ਤੁਰਿਆ ਹੈ ਰੋ ਰੋ ਕੇ ਸਾਨੂੰ ਫੋਨ ਆਉਣ ਦਿਓ ਵਾਰ ਵਾਰ ਉਹ ਪਹੁੰਚ ਨਹੀਂ ਸਕਦਾ ਮੇਰੇ ਸਾਨੂੰ 8 ਵਜੇ ਪਹੁੰਚੇਗਾ ਜਿਨ੍ਹਾਂ ਨੇ ਉਹ ਸੰਸਕਾਰ 'ਤੇ ਨਹੀਂ ਪਹੁੰਚ